गुड मॉर्निंग फ्रेंड्स, ते की हाल चाल है अज दे ब्लॉग विच तुहाडा बहुत बहुत स्वागत आ। ते की हाल चाल है, ऐतवार हैगा सारयां नूं गुड मॉर्निंग जिथे जिथे आ, गुड मॉर्निंग जिथे जिथे, गुड ईवनिंग, गुड आफ्टरनून, जिदां दा भी टाइम उदां दा हिसाब दा ला लिओ। ते लव यू तुहानूं सारयां नूं, अन्नेवाह। ब्लॉग अपने बहुत वधिया चलदे, तुहाडे प्यार आउंदे, वधिया वधिया कमेंट आउंदे, कोई गलत कमेंट नहीं आउंदे ना। इक अद्धा हुंदा ही आ, उह कहिंदे हुंदे ना दो पिंड च बंदे एवें दे हुंदे आ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵੀ ਕਹਿੰਦੇ ਉਹ ਉਹਨਾਂ ਦੇ ਜਵਾਕ ਨਹੀਂ। ਇੱਕ ਸਿਆਣੀ ਗੱਲ ਦੱਸਾਂ ਤੁਹਾਨੂੰ ਮੈਂ, ਬਾਈ ਨਹੀਂ ਹੁੰਦੀ ਪੰਜਾਬ ਦੇ ਵਿੱਚ ਨਾ। ਬਸ ਛੱਡੋ, ਪਰ ਅੱਜ ਆਪਾਂ ਛੱਡਣੇ ਨਹੀਂ ਯਾਰ, ਪਿੰਡ ਦੇ ਬਕਵਾਸ ਬੰਦ ਕਰ। ਇੱਕ ਇੱਕ ਪਿੰਡ ਦੇ ਵਿੱਚ ਦੋ ਬੰਦੇ ਇਹੋ ਜਾਂਦੇ ਆ ਜਿਨ੍ਹਾਂ ਨੂੰ ਘਰ ਦੇ ਵੀ ਉਹਨਾਂ ਦੇ ਕਹਿੰਦੇ ਕਿ ਇਹਨੂੰ ਘਰੇ ਨਹੀਂ ਵਾਰਨਾ, ਜਿਵੇਂ ਦੇ ਗੰਗੂ ਵਰਗੇ। ਮੈਂ ਤੁਹਾਨੂੰ ਦੱਸ ਦੂੰ ਭਾਈ, 13,000 ਪਿੰਡ ਦੇ ਹਿਸਾਬ ਨਾਲ 27,000 ਬੰਦਾ ਪੰਜਾਬ ਦੇ ਵਿੱਚ ਇਹੋ ਜਿਹਾ ਵਿਹਲਾ ਬੈਠਾ ਜਿਹਨੇ ਬਸ ਭਾਈ ਮੇਰੀ ਗੱਲ ਸੁਣੋ ਨਹੀਂ ਕਰਨਾ ਗੰਗੂ ਵਰਗੇ ਵਾਲੇ। ਤੁਸੀਂ ਇਹਨੂੰ ਦੱਸ ਸਕਦੇ ਹੋ, ਤੁਸੀਂ ਵੇਚ ਸਕਦੇ ਹੋ। ਆ ਪਿੰਡ ਵਾਲਾ ਹਾਥੀ ਤੇ ਚੜ ਗਏ ਹਾਥੀ ਮਚਾ ਲੈ ਜਾ ਲਾਟ ਪਿੰਡੋ। ਕੌਣ ਸੀ? ਗਊ ਆ, ਗਾਂ ਹੈਗੀ। ਸੋ ਅੱਜ ਆਪਾਂ ਬਣਾਉਣਾ ਪ੍ਰੈਂਕ, ਤੇ ਪ੍ਰੈਂਕ ਬਣਾਵਾਂਗੇ ਗਰਲਫ੍ਰੈਂਡ ਪ੍ਰੈਂਕ। ਵੇਖੋ ਮੈਨੂੰ ਪਤਾ ਸਾਡੇ ਇਹ ਕੰਮ ਤੋਂ ਬਹੁਤ ਜ਼ਿਆਦਾ ਛਿੱਤਰ ਪੈਣੇ ਆ, ਤਾਂ ਵੇਖਦੇ ਹਾਂ ਕੀ ਹੁੰਦਾ ਆ ਨਾ। ਸਾਡੇ ਪਿੰਡ ਦੀ ਸਵੇਰ, ਗੁੱਡ ਮਾਰਨਿੰਗ ਸਾਰਿਆਂ ਨੂੰ। ਤਾਂ ਉਸ ਤੋਂ ਪਹਿਲਾਂ ਆਪਾਂ ਗੁਰਦੁਆਰੇ ਜਾਈਏ, ਐਤਵਾਰ ਨਾ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਮੰਮੀ ਨੂੰ ਜਾ ਕੇ, ਅਤੇ ਫਿਰ ਉਸ ਤੋਂ ਬਾਅਦ ਕਰਦੇ ਹਾਂ, ਫਿਰ ਪਾਉਣੇ ਆ। ਦੇਖਿਓ ਫਿਰ, ਠੀਕ ਆ ਮੋਟਿਆ ਤਿਆਰ। ਓਏ ਪਿੰਦਰ ਨਹੀਂ ਆਇਆ, ਗੋਰਾ ਹੋਣਾ ਹੀ ਆ ਬਈ, ਨਹਾਈਦਾ ਦੋ ਟਾਈਮ। ਕਹਿੰਦੇ ਗੋਰਾ ਹੋ ਗਿਆ, ਮੱਚ ਗਈ ਨਹੀਂ ਪਿੰਡੋ ਬਾਹਰ। ਮੈਂ ਤੇ ਮੰਮੀ ਹੁਣ ਐਂ ਨਾ, ਕਿਉਂ ਗੱਡੀ ਚਲਾਉਂਦੇ ਆ, ਵੀਡੀਓ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਅਸੀਂ ਪਿੰਡ ਵਾਲੇ ਰਾਹ ਤੇ ਆਏ, ਸਾਡੇ ਪਿੰਡ ਵਾਲੇ ਰਾਹ ਤੇ ਕੋਈ ਨਹੀਂ ਆਉਂਦਾ, ਬੰਦਾ ਨਹੀਂ ਦੇਖਦਾ ਦਿਨੋਂ ਦਿਨ। ਮੈਂ ਹੁਣ ਕਿੱਧਰ ਨੂੰ ਚੱਲਾਂ ਮੈਂ? ਮੰਮੀ ਤੈਨੂੰ ਗੁਰਦੁਆਰੇ ਲੈ ਕੇ ਚੱਲਾਂ, ਆਪ ਕਿਹਾ ਤੂੰ। ਆਹੋ, ਤੇ ਸਿੱਧੇ ਮੂੰਹ ਹੋ ਕੇ ਤੁਰ ਪਾ ਗੁਰਦੁਆਰੇ ਨੂੰ, ਫਿਰ ਆ ਵੀਡੀਓ ਵੂਡੀਓ ਬਣਾਉਣ ਦਾ ਕੋਈ ਚੱਕਰ ਨਹੀਂ ਆ। ਚੱਕਰ ਨਹੀਂ ਕੋਈ ਨਹੀਂ, ਕੋਕੋਨਟ ਵਾਲੇ ਅੱਜ ਮੰਮੀ ਨੇ ਕੋਕੋਨਟ ਵਾਲੇ ਉਹ ਖਾਧੇ ਆ ਲੱਡੂ, ਅਤੇ ਅਸੀਂ ਗੁਰੂ ਘਰੇ ਜਾ ਕੇ ਫਿਰ ਸਾਡਾ ਦਿਨ ਸ਼ੁਰੂ ਹੋ ਗਿਆ। ਐਤਵਾਰ ਅਸੀਂ ਜਾ ਹੀ ਵੜਦੇ ਹੁੰਦੇ ਹਾਂ ਨਾ ਮੰਮੀ। ਆਹੋ, ਵੈਸੇ ਤਾਂ ਮੈਂ ਵੜਦਾ ਨਹੀਂ, ਮੇਰਾ ਤਾਂ ਪਾਪੀ ਆ, ਮੈਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਪਾਪੀ ਹਾਂ, ਮੈਨੂੰ ਲੱਗਦਾ ਮੈਨੂੰ ਕੀੜੇ ਪੈਣੇ ਪੈਣੇ ਹੀ ਆ। ਪਰ ਮੇਰੇ ਜਿੱਦਣ ਮੇਰਾ ਵਿਆਹ ਹੋ ਗਿਆ ਨਾ ਕਨੇਡਾ, ਜਿੱਦਣ ਆਇਆ ਗੁਰਸ਼ਾਨ ਸਿੰਘ ਨੂੰ ਕਨੇਡਾ ਤੋਂ ਰਿਸ਼ਤਾ, ਪਿੰਡ 'ਚ ਡੀਜੇ ਲੱਗਣਗੇ, ਪਿੰਡ ਵਾਲੇ ਮਚਾਏ ਜਾਣਗੇ, ਜੈ ਜੈ ਕਾਰ ਕਰਾਈ ਜਾਊ, ਠੀਕ ਆ। ਵਿਆਹ ਤੇ ਡੀਜੇ ਹਰ ਕੋਈ ਲਾਉਂਦਾ, ਕੀ ਲੋੜ ਆ ਕਿਸੇ ਨੂੰ ਮਚਾਉਣ? ਮੈਂ ਰਿੰਗ ਸਰਮਨੀ ਦੇ ਲਾ ਦੇਣੇ ਆ, ਮੈਂ ਤਾਂ ਵਿਆਹ ਧੂਮ ਧਾਮ ਕਰਨਾ ਬਈ, ਸਿੱਧੀ ਗੱਲ ਆ। ਕਰਨਾ ਧੂਮ ਧਾਮ ਨਾ, ਕੋਈ ਕਨੇਡਾ ਦੀ ਰਿਸ਼ਤਾ ਭੇਜ ਦੇਣ ਮੈਨੂੰ, ਅਪਰੂਵਲ ਆ ਤੇਰੇ ਲੋ ਹੈ? ਭੇਜ ਦੇਣ, ਭੇਜ ਦੇਣ ਅਪਰੂਵਲ ਆ। ਕੋਈ ਦਾਜ ਦੇ ਤਾਂ ਨਹੀਂ ਚਾਹੀਦਾ? ਨਾ, ਕੁਛ ਨਹੀਂ ਚਾਹੀਦਾ, ਕੁੜੀ ਕੁੜੀ ਚਾਹੀਦੀ। ਕੁੜੀ ਇਕੱਲੀ? ਹਾਂ, ਉਹ ਡੈਲੋ ਜਾਂ ਮਤਲਬ ਪੰਜਾਂ ਕੱਪੜਿਆਂ 'ਚ ਕੁੜੀ ਦੇ ਦਿਓ, ਕੱਪੜੇ ਵੀ ਆਪਾਂ ਆਪੇ ਲੈ ਦਾਂਗੇ ਨਾ, ਆਪੇ ਕੱਪੜੇ ਲੈ ਦਾਂਗੇ ਜਿਹੜੇ ਤਿੰਨੇ ਕੱਪੜੇ ਲੱਗਦੇ ਨੇ। ਹਾਂ ਚਲੋ ਠੀਕ ਆ, ਗੁਰਦੁਆਰੇ ਜਾਂਦੇ ਫਿਰ ਵੇਖਦੇ ਆ, ਮਿਲਦੇ ਆ। ਆ ਗੁਰੂ ਘਰ ਆਈ ਆਪਣੇ ਢੋਲਿਆ ਰੋਡ 'ਤੇ, ਅਤੇ ਸਾਹਮਣੇ ਆਪਣਾ ਪਿੰਡ ਆ, ਇੱਧਰ ਜਾਂਦੇ ਸੀ ਮੰਮੀ ਜੀ ਆ ਰਹੇ ਨੇ। ਮੁੜੇ ਹੀ ਆਪਣੇ, ਚਲੋ ਚੱਲਦੇ ਹਾਂ ਘਰੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਤੇ ਹਾਂਜੀ, ਸਤਿ ਸ਼੍ਰੀ ਅਕਾਲ, ਅਤੇ ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ, ਵਾਰ ਵਾਰ ਕਹਿ ਦਿੰਦੇ, ਚੰਗੀ ਨਹੀਂ ਲੱਗਦੀ। ਅਤੇ ਹੁਣ ਸਾਰਾ ਕੰਮ ਕਰਨ ਤੋਂ ਬਾਅਦ ਇਹਨੂੰ ਫੋਨ ਲਵਾ ਕੇ ਇੱਥੇ ਖੁਰਲੀ 'ਚ ਲੰਮਾ ਪਾ ਦੇਣਾ ਵਾ। ਕੁੱਲ ਦਾ ਮਕਸਦ ਇਹ ਆ ਕਿ ਬਲੀਆ ਬੱਕਰਾ ਮੈਨੂੰ ਬਣਾਇਆ ਗਿਆ ਵਿੱਚ। ਹਾਂ, ਇਹਦੇ ਛਿੱਤਰ ਬਹੁਤ ਪੈਣਾ, ਅਤੇ ਉਹ ਬੰਦਾ ਲੂਤੀ ਫੁੱਲ ਲਾਏਗਾ, ਅਤੇ ਯਾਰ ਹੋਣੀ ਵੀਡੀਓ ਬਣਾਉਣਗੇ, ਠੀਕ ਆ। ਉੱਧਰ ਮਿਲਦੇ, ਤੂੰ ਉਹ ਖੁਰਲੀ ਦੇ ਵਿੱਚ ਲੰਮਾ ਪਾ ਕੇ ਐਂ ਕਰੀਏ ਨਾ, ਮੇਰਾ ਬੁੱਗਾ ਮੇਰਾ ਸੋਨਾ ਹੈ ਨਹੀਂ ਜਿੰਨਾ ਫੋਨ ਦੇ ਵਿੱਚ ਆ ਰਿਹਾ, ਉਹ ਪੂਰਾ ਕਰ ਲਾਂਗੇ। ਮੇਰਾ ਵੀ ਭਰਾਵਾ ਕਾਲਾ ਹੀ ਆਉਣ ਡਿਆ ਅੱਜ, ਮੌਸਮ ਫਰਕ, ਮੌਸਮ ਕਰਕੇ ਹੋ ਗਿਆ ਉਹਨਾਂ ਤੋਂ ਹੁਣ। ਮੌਸਮ ਮੌਸਮ ਉੱਤੋਂ ਬਾਉ ਨੇ ਭੇਜਤਾ ਨਾ। ਚਲੋ ਠੀਕ ਆ ਜੀ, ਅਸੀਂ ਚੱਲਦੇ ਆ ਤੇ ਕਰਦੇ ਆ ਸ਼ੁਰੂ। ਮਾਤਾ ਉਹ ਖੁਰਲੀ 'ਚ ਪਤਾ ਨਹੀਂ ਕਿੰਨੇ ਨਾਲ ਗੱਲਾਂ ਮਾਰੀ ਜਾਂਦਾ ਜੀ। ਕਿਉਂ? ਕਦੋਂ ਦਾ ਲੱਗਾ ਹੋਇਆ ਕਿ ਇੱਕ ਕੁੜੀ ਦਾ ਪਹਿਲਾਂ ਫੋਨ ਕੱਟਿਆ, ਹੁਣ ਦੂਜੀ ਦਾ ਹੈਗਾ ਲਵ 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 ਯੂ ਕਰੀ ਜਾਂਦੀ। ਲੈ ਮਾਤਾ, ਉਹਨੂੰ ਮੈਂ ਕਿਹਾ, ਉਹ ਕਹਿੰਦਾ ਮੈਨੂੰ ਨਹੀਂ ਕਹਿੰਦਾ ਡਾਡੂਰ, ਕਦੋਂ ਦਾ ਗੱਲਾਂ ਮਾਰੀ ਇਹਦਾ ਕੋਈ ਪੱਠੇ ਨਹੀਂ ਪਾਏ। ਵੇ ਤੈਨੂੰ ਗੱਲ ਸੁਣਦੀ ਕਿ ਨਹੀਂ ਸੁਣਦੀ ਕੋਈ? ਓਏ ਉਹਨੇ ਕਿਹਾ ਮੈਨੂੰ ਮਾਰਨ ਦਾ ਡਰ ਹੀ ਨਹੀਂ, ਮੈਂ ਉਹਨੂੰ ਬੜਾ ਸਮਝਾਇਆ, ਮੈਂ ਤਾਂ ਸਮਝਾਉਂਦਾ ਆਇਆ ਹੈ ਨਹੀਂ ਕਾ ਡਰ, ਮੈਂ ਤਾਂ ਹੁਣ ਤਾਂ ਤੇਰੇ ਕੋਲ ਆਇਆ, ਚੱਲ ਛੇਤੀ ਚੱਲ। ਬੜਾ ਸਮਝਾਇਆ ਮੈਂ ਕਿਹਾ, ਪੱਠੇ ਪੁੱਠੇ ਪਾਲਾ ਖੁਰਲੀ 'ਚ, ਨਹੀਂ ਸਮਝਿਆ ਮਾਤਾ ਉਹ। ਬੜਾ ਸਮਝਾਇਆ ਮਾਤਾ ਮੈਂ ਉਹਨੂੰ, ਨਹੀਂ ਸਮਝਿਆ ਉਹ। ਮੈਂ ਬੜਾ ਕਿਹਾ ਉਹਨੂੰ, ਮੈਂ ਕਿਹਾ ਮਾਤਾ ਨੇ ਆਏ ਨਾ ਲਿਆਉਣ, ਕੀ ਗੱਲ ਤੈਨੂੰ ਗੱਲ ਸੁਣਦੀ ਕਿ ਨਹੀਂ? ਮੈਂ ਸੁਣਦੀ ਕੋਈ ਮੈਂ ਤੈਨੂੰ, ਮੈਂ ਪਹਿਲਾਂ ਹੀ ਕਿਹਾ ਉਹ ਕਹਿੰਦਾ ਮੈਨੂੰ ਡਰ, ਖੁਰਲੀ 'ਚ ਬਹਿ ਕਿਵੇਂ ਲੰਮਾ ਪਿਆ, ਇਹ ਕਰਨ ਦਿਆ ਵਾ, ਲੈ ਕਰਨ ਕੀ ਦਿਆ ਵਾ, ਮਹਾਰਾਜ ਚੱਪੜ ਮਾਰ। ਨਹੀਂ ਸ਼ਰਮ ਸ਼ਰਮਾ ਹੈਗੀ ਨਹੀਂ ਹੈਗੀ, ਕੀ ਇਹ ਮਾਂ ਭੈਣ
ਹੈਗੀ ਕਿ ਨਹੀਂ ਹੈਗੀ ਕੀ ਹੋਇਆ ਕੀ ਆ ਨਹੀਂ ਕਿਨੂੰ ਕਿਨੂੰ ਲਵ 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 ਕਰ ਲਵ ਲਵ ਕਰ ਲਈ ਲਵ ਲਵ ਤਾਂ ਕੀਤਾ ਹੀ ਨਹੀਂ ਕੋ ਜਾਵੇਂ ਮਾਰੀ ਜਾਨੀ ਲਵ ਲਵ ਨਹੀਂ ਤਾਂ ਫਿਰ ਤੈਨੂੰ ਮੈਂ ਘੰਟੇ ਦੀ ਆਵਾਜ਼ ਮਾਰੀ ਜਾਨੀ ਸੁਣਦਾ ਕਿਉਂ ਨਹੀਂ ਤੈਨੂੰ ਕਦੋਂ ਮੈਨੂੰ ਕਹੀ ਕਦੋਂ ਮੈਨੂੰ ਕਿਹਾ ਮੈਂ ਕਿਹਾ ਪੱਠੇ ਪਾਲਾ ਪੱਠੇ ਆਵੇ ਲੈ ਫਿਰ ਸਰਪ੍ਰਾਈਜ਼ ਨਹੀਂ ਕਰਾਉਂਦਾ ਮੈਂ ਕਹੀ ਕਰਾਂ ਮੈਂ ਕਹੀ ਨਹੀਂ ਕਰਾਂ मारी जानी बहर ओ करो बहर तू अड डीटीओ बनया दस ਮੇਰਾ ਮਗਰ ਕੀ ਨਾਂ ਕਰਿਆ ਹੁਣ ਨਾ ਤੇ ਕੀ ਇਹ ਘਰੋਂ ਬਾਹਰ ਨਿਕਲ ਤੇ ਕੱਪੜੇ ਲੈ ਕੇ ਜਾਣੇ ਆ ਉਹਦੇ ਘਰੋਂ ਬਾਹਰ ਨਿਕਲਣਾ ਨੇ ਕੱਪੜੇ ਤੇਰੇ ਆ ਕੱਪੜੇ ਲੈ ਕੇ ਜਾਉਂ ਮੈਂ ਆਪਦੇ ਮੈਂ ਉਹਦੇ ਕੱਪੜੇ ਲੈ ਕੇ ਜਾਉਂ ਮੰਮੀ ਇਹ ਤੇਰੀ ਕੋ ਗੱਲ ਹੀ ਨਹੀਂ ਮੰਨੀ ਐਡਾ ਹੰਕਾਰਿਆ ਫਿਰਦਾ ਉਹ ਤਾਂ ਕੱਪੜੇ ਲੈ ਕੇ ਜਾਉਂ ਲੈ ਇਹ ਕੱਲ ਜ਼ਮੀਨ ਵੀ ਮੰਗੂ ਹਾਂ ਦੇਣੀ ਆ ਮੈਂ ਜ਼ਮੀਨ ਲੈਣੀ ਨਹੀਂ ਮੈਂ ਆਪਦਾ ਹਿੱਸਾ ਲੈਣਾ ਨਹੀਂ ਜੋ ਘਰ ਦੇ ਜਿਹੜਾ ਲੈਣ ਵਾਲਾ ਵਾ ਆ ਵੀ ਲਾ ਦੇ ਆ ਵੀ ਲਾ ਦੇ ਚਲੇ ਪਾਏ ਇਹ ਲਾ ਦੇ ਨਹੀਂ ਤੂੰ ਫੜ ਲੈ ਨਾ ਮੈਨੂੰ ਹੈ ਇਹ ਫੜ ਲੈ ਨਾ ਜਾਦੀਆਂ ਪਵਾ ਦੀਆਂ ਪਿੰਦਰ ਨੇ ਜਾਦੀਆਂ ਮਾਰੀਆਂ ਬੂਟ ਹੀ ਬੜਾ ਚੰਮਦਾ ਜੀ ਗੱਲ ਜੱਫੀ ਪਾਲਾ ਜਾ ਕੇ ਮਰ ਜਾਣਾ ਝੂਠ ਮਾਰਦਾ ਬਲੌਗ ਬਣਾਉਂਦੇ ਲੱਗੀ ਉਹ ਦੱਸ ਲਾਛਾਂ ਪਾ ਦੀਆਂ ਨੇ ਮੇਰੇ ਪੱਟ ਤੇ ਮਾਰ ਮਾਰ ਕੇ ਆਏ ਮੈਨੂੰ ਕੀ ਪਤਾ ਸੱਚੀ ਗੱਲ ਤੂੰ ਕਿਹੜਾ ਮਰੀ ਜਾਂਦਾ ਬੰਦਾ ਪੁੱਛਣ ਲਾਵੇ ਐਵੇਂ ਮਰੀ ਚੱਲ ਚੱਲ ਮੋਟਾ ਕੀ ਜੀ ਹਾਂ ਕੁੜੀ ਆ ਇਹ ਧੱਕੇ ਨੇ ਦਾਲ ਆ ਗਿਆ ਵੀ ਅੱਜ ਚੱਲ ਕੋਨੇ ਡਿੱਕੇ ਆਇਆ ਅੱਗੇ ਪਿੱਛੇ ਕਿਤੇ ਡਿੱਕੇ ਚੱਲ ਚੱਲੀਏ ਚੱਲ ਚੱਲੀਏ ਸ਼ਾਮ ਨੂੰ ਮਨਾਉਣੇ ਉਹਨੂੰ ਠਹਿਰ ਕੇ ਨਹੀਂ ਨਹੀਂ ਚੱਲ ਚੱਲ ਉਹ ਗਰਮ ਬੈਠੀ ਹੋਏ ਮੈਂ ਜੋ ਇੱਟੂ ਮਾਰੇ ਅੰਮੇ ਇਹਨਾਂ ਮੈਂ ਛੱਲਾਂ ਚੱਲ ਰਹਿਣ ਦੇ ਤੂੰ ਮਰਵਾਉਣਾ ਚੱਲ ਵਲੌਗ ਖਤਮ ਕਰਨਾ ਚੱਲ ਖਤਮ ਕਰਨਾ ਤੇਰਾ ਭਰਾ ਨਾਲ ਚੱਲਦਾ ਬੰਦਰਾ ਤੂੰ ਫਿਕਰ ਨਾ ਕਰਿਆ ਕਰ ਲਾਛਾਂ ਪਾ ਦੀਆਂ ਮੈਂ ਜਾ ਕੇ ਮੰਮੀ ਜੱਫੀ ਵਾਲਾ ਲੈ ਜਦੋਂ ਮਾਂ ਨੂੰ ਹੁਣ ਕੇਰਾ ਕਹੀ ਜਾ ਕੇ ਮੈਂ ਵਿਆਹ ਉੱਥੇ ਹੀ ਕਰਾਉਣਾ ਫਿਰ ਪੈ ਜਾਣਾ ਉਹਨੇ ਤੈਨੂੰ ਚੌੜਾ ਕਿੱਡਾ ਨਾ ਬਿੰਦਰ ਤੇਰੇ ਨਾਲ ਲਾਛਾਂ ਪਾ ਦੀਆਂ ਤੂੰ ਤਾਂ ਤੇਰਾ ਮੂੰਹ ਗੁੰਗਾ ਗੁੰਗਾ ਕਿਆ ਵੇਲਾ ਨਹੀਂ ਤੋ ਕੀ ਕੰਮ ਚੱਜ ਦਾ ਕਰਦਾ ਪਿਆ ਝੋਟਿਆਂ ਨੂੰ ਲਾਛਾਂ ਜੱਫੀ ਪਾਓ ਪਿੰਦਰਾ ਤੂੰ ਵਿੱਚ ਜੱਫੀ ਪਾ ਕੇ ਤਿੰਨੇ ਵਾਗਟੇ ਬੀਬੀ ਢਾਲੀ
ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇਸੇ ਦੇ ਨਾਲ ਵਲੌਗ ਤੇ ਆਪਾਂ ਘੱਟੋ ਘੱਟ 5-6 ਦਿਨ ਹੋ ਗਏ ਬੜਾ ਕੁੱਟਿਆ ਇਹਨਾਂ ਨੇ ਮੈਨੂੰ ਤੇ ਉਹ ਗੁੱਸਾ ਆਪਾਂ ਕੱਢਤਾ ਹਰ ਹਾਂ ਬਾਕੀ ਦੱਸਿਓ ਯਾਰ ਕਿਵੇਂ ਦਾ ਲੱਗਿਆ ਮਾੜਾ ਚੰਗਾ ਲੱਗਿਆ ਕਮੈਂਟ ਸਕੂਨਟ ਕਰ ਦਿਓ ਚੰਗੇ ਠੀਕ ਆ ਵਧੀਆ ਆ ਤੇ ਅੱਜ ਪ੍ਰੈਂਕ ਕੀਤਾ ਹੀ ਮੋਟਾ ਕਿਉਂਕਿ ਸਾਡੇ ਅਸਲ 'ਚ ਵਾਜਦੀਆਂ ਨਹੀਂ ਅਸੀਂ ਕੋਈ ਵੀ ਉਹ ਫਾਰਮੈਲਿਟੀ ਨਹੀਂ ਕਰਦੇ ਜਿੰਨੀਆਂ ਵਾਜਦੀਆਂ ਅਸਲ 'ਚ ਵਾਜਦੀਆਂ ਤਾਂ ਜਾਣ ਕੇ 76 ਕਿੰਨੇ ਚੱਕੀ ਫਿਰਦਾ ਸਕੀਮ ਹੀ ਬਦਲਾ ਤਾਂ ਤੇਰੇ ਤੋਂ ਲਊਗਾ ਉਹ ਸੋ ਇਸੇ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਆਉਣ ਵਾਲੀਆਂ ਵੀਡੀਓ ਵੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਕਿਹੜੇ ਪਿੰਡੋਂ ਤੇ ਪ੍ਰੈਂਕ ਕਿਵੇਂ ਲੱਗਾ ਇਧਰ ਅੱਗੇ ਵੀ ਕੋਈ ਪ੍ਰੈਂਕ ਕਰਨਾ ਚਾਹੀਦਾ ਆਪਾਂ ਹਫਤੇ 'ਚ ਇੱਕ ਅੱਧਾ ਪ੍ਰੈਂਕ ਤਾਂ ਕਰਨਾ ਚਾਹੀਦਾ ਆਪਾਂ ਕਰਿਆ ਕਰਾਂਗੇ ਆਪਣੇ ਨਿੱਕੇ ਲੋਕਾਂ ਨਾਲ ਕਰਿਆ ਕਰਾਂਗੇ ਬਹੁਤ ਜਲਦੀ ਹਾਂ ਉਧਰ ਵੀ ਪ੍ਰੈਂਕ ਸੋ ਸੰਧੂ ਹੋਣੀ ਬਾਈ ਵਲੌਗਸ ਨੂੰ ਸਬਸਕ੍ਰਾਈਬ ਕਰ ਲਓ ਉੱਥੇ ਥੈਂਕ ਯੂ ਨਿੱਕੀਆਂ ਨਿੱਕੀਆਂ ਵੀਡੀਓ ਵੇਖਣ ਲਈ ਇੰਸਟਾਗ੍ਰam ਤੇ ਗੁਰਸ਼ਰਨ GURSHAN 157 ਦੇ ਉਦੋਂ ਵੀ ਸਨੈਪ ਸਟੋਰੀਆਂ ਵੇਖਣੀਆਂ ਸੰਧੂ ਗੱਗੂ 1 SNDHU ਤੇ GU ਤੇ GU 1 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।